ਤੁਸੀਂ ਜਿਹੜਾ ਹੈਗਾ ਕੀ ਕੰਮ ਕਰ ਰਹੇ ਕਿੱਦਾਂ ਇਕੱਠੇ ਹੋਏ ਅੱਜ ਇੱਥੇ ਮੇਰਾ ਨਾਮ ਸੋਹਣ ਸਿੰਘ ਹੈ ਜੀ ਅਸੀਂ ਟਰਾਂਸਪੋਰਟ ਲਾਈਨ ਟੈਕਸੀਆਂ ਦੇ ਨਾਲ ਰਿਲੇਟਡ ਹੈ ਜਦੋਂ ਦਾ ਇਹ ਲੋਕਡਾਊਨ ਜਿਹੜਾ ਸ਼ੁਰੂ ਹੋਇਆ ਹੈ ਉਦੋਂ ਤੋਂ ਸਾਡਾ ਜਿਹੜਾ ਕੰਮ ਹੈ ਪਿਛਲੇ 2 ਮਹੀਨੇ ਤੋਂ ਬੰਦ ਹੈ ਹੁਣ ਸਾਨੂੰ ਇੰਸ਼ੋਰੈਂਸ ਕੰਪਨੀਆਂ ਬੈਂਕ ਅਤੇ ਜਿਹੜੇ ਅਸੀਂ ਐਨੂਅਲ ਜੋ ਟੈਕਸ ਭਰਦੇ ਹਾਂ ਉਹਨਾਂ ਵਾਸਤੇ ਸਾਨੂੰ ਇੰਸ਼ੋਰੈਂਸ ਕੰਪਨੀਆਂ ਵੱਲੋਂ ਥਰੈਡ ਕੀਤਾ ਜਾ ਰਿਹਾ ਅਤੇ ਉਹਦਾ ਸਾਨੂੰ ਬੈਂਕਾਂ ਵੱਲੋਂ ਥਰੈਡ ਕੀਤਾ ਜਾ ਰਿਹਾ ਜਿਸ ਤਰ੍ਹਾਂ 3 ਮਹੀਨੇ ਦੀਆਂ ਜਿਹੜੀਆਂ ਕਿਸ਼ਤਾਂ ਮਾਫ਼ ਕੀਤੀਆਂ ਉਹਦੇ 'ਤੇ ਸਾਡੇ ਤੋਂ ਵਿਆਜ ਮੰਗਿਆ ਜਾ ਰਿਹਾ ਅੱਜ ਅਸੀਂ ਸਾਰੇ ਲੋਕ ਇੱਥੇ ਇਹ ਇਕੱਠੇ ਹੋਏ ਹਾਂ ਅੱਜ ਇੱਥੋਂ ਤੱਕ ਨੌਬਤ ਆ ਗਈ ਹੈ ਕਿ ਸਾਨੂੰ ਆਪਣੇ ਘਰ ਦਾ ਖਰਚਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਲ ਹੋ ਚੁੱਕਿਆ ਅਸੀਂ ਕਿੱਥੋਂ ਜਿਹੜਾ ਇਹ ਟੈਕਸ ਭਰਾਂਗੇ ਕਿੱਥੋਂ ਇੰਸ਼ੋਰੈਂਸਾਂ ਕਰਵਾਈਏ ਕਿੱਥੋਂ ਜਿਹੜੀਆਂ ਕਿਸ਼ਤਾਂ ਭਰੀਏ ਬੈਂਕ ਦੀਆਂ ਕਿੱਥੋਂ ਇਹਨਾਂ ਦੀਆਂ ਪਲਾਂਟੀਆਂ ਪੂਰੀਆਂ ਕਰੀਏ ਅਸੀਂ ਤਾਂ ਗੌਰਮੈਂਟ ਅੱਗੇ ਇਹੀ ਸੈਂਟਰ ਗੌਰਮੈਂਟ ਔਰ ਸਟੇਟ ਗੌਰਮੈਂਟ ਦੇ ਅੱਗੇ ਇਹੀ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਸਾਡੀਆਂ ਜਿਹੜੀਆਂ ਕਿਸ਼ਤਾਂ ਐਕਸਟੈਂਡ ਕੀਤੀਆਂ ਉਹਨਾਂ 'ਤੇ ਕੋਈ ਪਲਾਂਟੀ ਨਾ ਲਾਈ ਜਾਵੇ ਜੋ ਸਾਡੇ ਸਟੇਟ ਟੈਕਸ ਹੈ ਉਹ ਜਦ ਤੱਕ ਲੋਕਡਾਊਨ ਚੱਲੇਗਾ ਉਹ ਰੁਕੇ ਜਾਣ ਅਤੇ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਕਿ ਜਦੋਂ ਤੱਕ ਲੋਕਡਾਊਨ ਹੈਗਾ ਹੈ ਜਦੋਂ ਤੱਕ ਸਾਡੀਆਂ ਗੱਡੀਆਂ ਨਹੀਂ ਚੱਲਦੀਆਂ ਸਾਨੂੰ ਰਾਹਤ ਦਿੱਤੀ ਜਾਵੇ ਗੌਰਮੈਂਟ ਸਾਡੀ ਹੈਲਪ ਕੁਛ ਕਰਦੀ ਹੈ ਤਾਂ ਠੀਕ ਹੈ ਮਜਬੂਰਨ ਅਸੀਂ ਨਹੀਂ ਤਾਂ ਖੁਦਕੁਸ਼ੀਆਂ ਦੇ ਵੱਲ ਜਿਹੜਾ ਆਪਣਾ ਰਾਹ ਅਪਣਾਵਾਂਗੇ ਕਿੰਨੀਆਂ ਗੱਡੀਆਂ ਕੀ ਕਹਿਣਾ ਭਾਜੀ ਮੇਰਾ ਨਾਂ ਕਮਲਜੀਤ ਸਿੰਘ ਹੈ ਇੱਕ ਗੱਡੀ ਹੈ ਮੇਰੇ ਕੋਲ ਹੋਰ ਮੇਰੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਹੈ ਵੀ ਮੈਂ ਤਾਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਸਰਕਾਰਾਂ ਨੂੰ ਆਪਣੇ ਵਿਧਾਇਕਾਂ ਦੇ ਖਰਚੇ ਅਤੇ ਆਪਣੀਆਂ ਵਿਧਾਇਕਾਂ ਦੀਆਂ ਤਨਖਾਹਾਂ ਵਿਧਾਇਕਾਂ ਨੂੰ ਫੰਡ ਦਿਸਦਾ ਪੰਜਾਬ ਸਰਕਾਰ ਨੂੰ ਠੇਕੇ ਦਿਸ ਗਏ ਪਰ ਪੰਜਾਬ ਸਰਕਾਰ ਨੂੰ ਉਹ ਲੋਕ ਨਹੀਂ ਦਿਸੇ ਜੋ ਇਹਨਾਂ ਨੂੰ ਹਜ਼ਾਰਾਂ ਰੁਪਈਏ ਟੈਕਸ ਦੇ ਰੂਪ ਵਿੱਚ ਦੇ ਰਹੇ ਸੀ ਜਾਂ ਲੱਖਾਂ ਰੁਪਈਏ ਜਦੋਂ ਇਹਨਾਂ ਨੇ ਗੱਡੀਆਂ ਖਰੀਦੀਆਂ ਉਹ ਟੈਕਸ ਦਿੱਤੇ ਉਹਦੇ ਵਿੱਚ ਸੈਂਟਰ ਅਤੇ ਪੰਜਾਬ ਦੋਨਾਂ ਸਰਕਾਰਾਂ ਨੂੰ ਹੋਇਆ ਟੋਲ ਟੈਕਸ ਦਿੱਤੇ ਹੋਰ ਅਨੇਕਾਂ ਤਰ੍ਹਾਂ ਦੇ ਟੈਕਸ ਦਿੱਤੇ ਗਏ ਸਰਕਾਰ ਨੂੰ ਉਹ ਬਿਲਕੁਲ ਨਹੀਂ ਦਿਖੇ ਆਪਣੇ ਵਿਧਾਇਕ ਅਤੇ ਆਪਣੇ ਵਿਧਾਇਕਾਂ ਦੇ ਠੇਕੇ ਜਿੱਥੋਂ ਸਰਕਾਰ ਨੂੰ ਪੈਸੇ ਆਉਣੇ ਜਾਂ ਵਿਧਾਇਕਾਂ ਦੀਆਂ ਜੇਬਾਂ ਮੋਟੀਆਂ ਹੋਣੀਆਂ ਲੀਡਰਾਂ ਦੇ ਪ੍ਰਾਪਰਟੀਆਂ ਦੁੱਗਣੀਆਂ ਹੋਣੀਆਂ ਉਹ ਸਰਕਾਰ ਨੂੰ ਦਿਖ ਗਈਆਂ ਕੈਪਟਨ ਸਾਹਿਬ ਨੂੰ ਦਿਖ ਗਈਆਂ ਬਾਕੀ ਹੋਰ ਨਹੀਂ ਕੈਪਟਨ ਸਾਹਿਬ ਨੂੰ ਕੁਛ ਵੀ ਦਿਖਿਆ ਨਾ ਸੈਂਟਰ ਦੇ ਉਹਨਾਂ ਨੂੰ ਤਾਂ ਦਿਖਦਾ ਹੀ ਕੁਛ ਨਹੀਂ ਹੈ ਅਤੇ ਇਹਨਾਂ ਨੂੰ ਬਾਕੀ ਸਭ ਕੁਛ ਦਿਖਦਾ ਆਪਣਾ ਦਿਖ ਰਿਹਾ ਇਹਨਾਂ ਨੂੰ ਵੀ ਸਾਡਾ ਕਿਵੇਂ ਕੁਛ ਹੋਣਾ ਅਤੇ ਆਪਣੇ ਇਹਨਾਂ ਨੇ ਉਹ ਦੇ ਦਿੱਤੇ ਵੀ ਸਾਨੂੰ ਪੈਸਾ ਦਿਓ ਪੁੱਜਦਾ ਕਿਸੇ ਤੱਕ ਨਹੀਂ ਹੈ ਸਾਡੇ ਹੁਣ ਅਸੀਂ ਇੰਨੇ ਇੰਨੇ ਟੈਕਸ ਦੇ ਰਹੇ ਇੰਨੇ ਇੰਨੇ ਇਹਨਾਂ ਨੂੰ ਅੱਗੇ ਦਿੱਤੇ ਅੱਗੇ ਦੇਣੇ ਨੇ ਪਰ ਉਹ ਸਰਕਾਰ ਨੂੰ ਬਿਲਕੁਲ ਨਹੀਂ ਦਿਖਦਾ ਸਰਕਾਰ ਨੂੰ ਆਪਣੇ ਠੇਕੇ ਅਤੇ ਆਪਣੇ ਵਿਧਾਇਕ ਜ਼ਰੂਰ ਦਿਖਦੇ ਨੇ ਘਰਾਂ ਦੇ ਗੁਜ਼ਾਰੇ ਕਿੱਦਾਂ ਚੱਲ ਰਹੇ ਨੇ ਬਿਲਕੁਲ ਮੁਸ਼ਕਲ ਹੈ ਜੀ ਘਰ ਦੇ ਗੁਜ਼ਾਰੇ ਬਹੁਤ ਔਖੇ ਹੋ ਚੁੱਕੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਜਿੱਦਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਵਿੱਚ ਲੋਕਾਂ ਦੀ ਬਾਂਹ ਫੜੀ ਇਸੇ ਤਰ੍ਹਾਂ ਸਾਡੀ ਫੜੀ ਜਾਵੇ ਹੋਰ ਤਾਂ ਕੀ ਨਾਮ ਆਪਣਾ ਅਤੇ ਕੀ ਕੰਮ ਕਰ ਰਿਹਾ ਕੀ ਕਹਿਣਾ ਚਾਹੁੰਦੇ ਹੋ ਮਨਪ੍ਰੀਤ ਸਿੰਘ ਨਾਂ ਹੈ ਜੀ ਟਰਾਂਸਪੋਰਟ ਲਾਈਨ ਦੇ ਨਾਲ ਮੈਂ ਸੰਬੰਧਿਤ ਹਾਂ ਅਤੇ ਜਿਹੜਾ ਸਾਡਾ ਕਿਸ਼ਤਾਂ ਦੇ ਬਾਰੇ ਬੈਂਕਾਂ ਤੋਂ ਜਿਹੜੇ ਮੈਸੇਜ ਆ ਰਹੇ ਆ ਉਹ ਇਹ ਆ ਰਹੇ ਆ ਕਿ ਤੁਹਾਡਾ ਜਿਹੜੇ ਗੌਰਮੈਂਟ ਨੇ ਐਕਸਟੈਂਡ ਕੀਤੇ ਆ 3 ਮਹੀਨੇ ਸਾਡੇ ਹਾਲੇ ਫਿਲਹਾਲ 3 ਮਹੀਨੇ ਕੀਤੇ ਅੱਗੇ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਲੇਕਿਨ ਉਹ ਐਕਸਟੈਂਡ ਇੱਕ ਨਾਂ ਦਾ ਹੈ ਉਹ ਸਾਤੋਂ ਬੈਂਕ 50-60 ਹਜ਼ਾਰ ਰੁਪਏ ਦੀਆਂ ਕਿਸ਼ਤਾਂ ਦਾ 25-25 ਹਜ਼ਾਰ ਰੁਪਇਆ ਵਿਆਜ ਲੈ ਰਿਹਾ ਸਿਰਫ 3 ਮਹੀਨੇ ਦਾ ਜਿਹੜਾ ਕਿ ਪਹਿਲਾਂ ਹੀ ਟੈਕਸੀ ਵਾਲਿਆਂ ਦੇ ਉੱਤੇ ਬੋਝ ਬਣਿਆ ਹੋਇਆ ਲੋਕਡਾਊਨ ਦੇ ਕਰਕੇ ਕਿ ਸਾਡਾ ਸੀਜ਼ਨ ਜਿਹੜਾ ਪੀਕ ਸੀਜ਼ਨ ਇਸ ਟਾਈਮ ਸੀਗਾ ਉਹ ਖਤਮ ਹੋ ਗਿਆ ਜੀ ਠੀਕ ਹੈ ਅਤੇ ਉਹ ਤੋਂ ਬਾਅਦ ਵੈਸੇ ਸਾਨੂੰ ਪਰਿਵਾਰ ਚਲਾਉਣੇ ਬਹੁਤ ਔਖੇ ਹੋਏ ਹੋਏ ਹੈ ਇਹਨਾਂ ਨੇ ਸਰਕਾਰਾਂ ਨੇ ਹੋਰ ਸਾਡੇ ਉੱਤੇ ਵਜ਼ਨ ਪਾ ਰਹੇ ਬੈਂਕ ਸਾਡੇ ਉੱਤੇ ਵਜ਼ਨ ਪਾ ਰਹੇ ਆ ਜਿਹੜਾ 25-25 ਹਜ਼ਾਰ 30-30 ਹਜ਼ਾਰ ਰੁਪਇਆ ਅਸੀਂ ਐਕਸਟਰਾ ਵਿਆਜ ਇੱਕ ਗੱਡੀ ਦੇ ਉੱਤੇ ਦੇ ਰਹੇ ਹਾਂ ਮੇਰੇ ਕੋਲ 3 ਗੱਡੀਆਂ 90,000 ਰੁਪਇਆ ਤਾਂ ਮੇਰਾ ਉਹ ਵਿਆਜ ਦਾ ਹੋ ਗਿਆ ਜੀ ਤੁਸੀਂ ਦੱਸੋ ਮੈਂ ਕਿਸ ਤਰ੍ਹਾਂ ਉੱਠ ਪਾਵਾਂਗਾ ਮੈਂ ਤਾਂ ਫਿਰ ਇੱਕੋ ਰਸਤਾ ਬਚਦਾ ਗੁਰਸਿੱਖ ਬੰਦਾ ਹੋਣ ਦੇ ਨਾਤੇ ਸਾਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਪਰ ਜਿਹੜਾ ਸਾਡੇ ਬਿਜ਼ਨਸ ਦਾ ਇਹ ਹਾਲ ਹੋ ਗਿਆ ਉਹ ਇਹ ਹੋ ਗਿਆ ਕਿ ਅਸੀਂ ਖੁਦਕੁਸ਼ੀਆਂ ਵਾਲੇ ਰਾਹ 'ਤੇ ਤੁਰੀਏ ਜਿਵੇਂ ਕਿਸਾਨ ਤੁਰਦੇ ਸੀ